ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜੈਲਦਾਰ ਤੁਹਾਡਾ ਆਪਣਾ ਹੋਸਟ, ਤੁਸੀਂ ਦੇਖ ਰਹੇ ਹੋ ਮਰਜ਼ਾਨਾ ਟੀਵੀ। ਯਾਰ ਉਹ ਹਰ ਨੇ ਪੰਜਾਬ ਦੇ ਕਈ ਪਿੰਡ ਤਬਾਹ ਕਰਕੇ ਰੱਖ ਦਿੱਤੇ ਨੇ। ਪਿੰਡਾਂ ਦੀ ਅਜਿਹੀ ਸਥਿਤੀ ਹੋ ਗਈ ਹੈ ਕਿ ਪਿੰਡ ਦੇ ਲੋਕ 10 ਸਾਲ ਤੱਕ ਵੀ ਪਹਿਲੇ ਵਾਲੀ ਪੁਜੀਸ਼ਨ 'ਤੇ ਨਹੀਂ ਆ ਸਕਦੇ, ਜਾਂ ਇਹ ਕਹਿ ਲਵੋ ਕਿ ਆਮ ਲੋਕਾਂ ਤੋਂ 10 ਸਾਲ ਪਿੱਛੇ ਪੈ ਗਏ ਨੇ। ਯਾਰ ਉਹ ਇਹਨਾਂ ਹਰ ਪ੍ਰਭਾਵਿਤ ਪਿੰਡਾਂ ਦੀ ਮਦਦ ਆਮ ਜਨਤਾ ਅਤੇ ਸਮਾਜ ਸੇਵਕ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ। ਜਿੱਥੇ ਇਸ ਮੌਕੇ 'ਤੇ ਸਰਕਾਰ ਨੂੰ ਸਾਥ ਦੇਣਾ ਚਾਹੀਦਾ ਸੀ, ਉੱਥੇ ਸਰਕਾਰ ਦੇ ਕੁਝ ਨੁਮਾਇੰਦੇ ਇਸ ਹਰ ਸੰਕਟ ਦਾ ਮਜ਼ਾਕ ਬਣਾ ਰਹੇ ਨੇ। ਅਜਿਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਮਨਪ੍ਰੀਤ ਸਿੰਘ ਬਾਦਲ ਦੀ, ਜੋ ਹਰ ਸੰਕਟ ਨੂੰ ਕੁੱਤਖਾਨਾ ਦੱਸਦੇ ਪਏ ਨੇ। ਆਓ ਤੁਹਾਨੂੰ ਉਸ ਵੀਡੀਓ ਵੱਲ ਇੱਕ ਝਾਤ ਫਰਾਉਂਦੇ ਹਾਂ। ਹਾਂਜੀ ਯਾਰੋ, ਤੁਹਾਡਾ ਕੀ ਕਹਿਣਾ ਹੈ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਹੁਣ ਦੇ ਲਈ ਇੰਨਾ ਹੀ, ਜਲਦ ਮਿਲਾਂ ਕਿਸੇ ਨਵੀਂ ਵੀਡੀਓ ਨਾਲ।